अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में। प्रधानमंत्री श्री नरेंद्र मोदी के कहे अनुसार आज सुल्तानपुर लोधी निवासियों ने शाम 5:05 से अपने घर दी छत्तां गलियां विच खड़े होकर कोरोना वायरस नाल लड़ रहे मेडिकल स्टाफ पुलिस प्रशासन और होर कर्मचारियों के सम्मान विच ताड़ियां प्लेटां ते संगीत आदि वजा के उन्होंने हौसला वधाया। इस मौके लोगों ने कहा कि कोरोना वायरस एक महामारी है और चीन और होर देशों समेत हजारों लोग इस वायरस नाल ग्रस्त हैं। उन्होंने कहा कि यह महामारी दूजी स्टेज विच पहुंच गई है ते साडा सब दा फर्ज बनता है कि सानू अपने घरां विच रहना चाहिदा है ते किते भी नहीं आना जाना चाहिदा। इस मौके लोगों ने पंजाब सरकार द्वारा लॉकडाउन नूं 31 मार्च तक वधाउण दा स्वागत करदिआं कहा कि पंजाब सरकार ने फैसला करके बहुत वधिया काम किया है जिस नाल इस वायरस नूं फैलन तो रोकिया जा सकता है। सुल्तानपुर लोधी तो सिमरनजीत सिंह ते आरके दी खास रिपोर्ट A7 पंजाब। इस समस्या का हल लभण वास्ते पहल के आधार के उत्ते मोदी साहब ने देश की सरकार ने कैप्टन अमरिंदर सिंह जी ने पूरे राज्य समेत अज 22 मार्च लोगों ने पूरा सहयोग दिता है और मनोकामना की है कि कोरोना जी बीमारी है इस गोवेंट गाण किया जाए और ये संकल्प ਸਾਰੇ ਸ਼ਹਿਰ ਨਿਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਨਿਭਾਇਆ ਹੈ। ਮੈਂ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਔਰ ਕਰਦਾ ਹਾਂ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਔਰ ਰਾਜ ਸਰਕਾਰ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦਿਆਂ ਹੋਇਆਂ ਔਰ ਸੰਦੇਸ਼ ਦਿੰਦਾ ਹਾਂ ਕਿ ਇੱਕ ਤਾਂ ਆਪਣੇ ਸ਼ਹਿਰ ਦੀ ਸਫਾਈ ਰੱਖੋ, ਸਫਾਈ ਦੇ ਨਾਲ ਜਿਸ ਤਰੀਕੇ ਦਾ ਵੀ ਹੋ ਸਕੇ ਪਰਹੇਜ਼ ਕਰੋ ਤਾਂ ਕਿ ਨਾ ਕਿਸੇ ਨਾਲ ਹੱਥ ਮਿਲਾਓ, ਹੈਲੋ, ਸਤਿ ਸ਼੍ਰੀ ਅਕਾਲ, ਨਮਸਤੇ ਕਰਦਿਆਂ ਹੋਇਆਂ ਦੂਰੀ ਬਣਾ ਕੇ ਇੱਕ ਦੂਜੇ ਦੇ ਨਾਲ ਆਪਣੇ ਸਾਰੇ ਜਿਹੜੇ ਆ ਢੰਗ ਦੇ ਨਾਲ ਕੰਮ ਕਰਨ ਦੀ ਸਾਰੇ ਆਪਾਂ ਸਿੱਖਿਆ ਲਈਏ, ਪ੍ਰੇਰਨਾ ਲਈਏ ਔਰ ਇੱਕ ਦੂਜੇ ਨੂੰ ਸੰਦੇਸ਼ ਦਿਓ। ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਦੇਸ਼ ਦੇ ਸਾਡੀ ਪੁਲਿਸ ਹੈ, ਸਾਡੇ ਪੰਜਾਬ ਦੀ ਪੁਲਿਸ ਹੈ, ਸਾਡੇ ਇਲਾਕੇ ਦੇ ਅਫਸਰ, ਉਹਨਾਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਨਾ ਚਾਹੂੰਗਾ ਕਿ ਉਹ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਇਸ ਭਿਆਨਕ ਬਿਮਾਰੀ ਦੇ ਖਿਲਾਫ ਸੜਕਾਂ 'ਤੇ ਉਤਰੇ ਹੋਏ ਹਨ, ਲੋਕਾਂ ਦੀ ਰੱਖਿਆ ਕਰ ਰਹੇ ਹਨ। ਅੱਜ ਅਸੀਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀ ਆਗਿਆ ਅਨੁਸਾਰ ਸਾਰਾ ਦਿਨ ਘਰ 'ਚ ਬੈਠ ਕੇ ਇਸ ਬਿਮਾਰੀ ਨੂੰ ਹੋਰ ਵਧਣ ਤੋਂ ਰੋਕਣ 'ਚ ਅਸੀਂ ਮਦਦ ਕੀਤੀ ਹੈ, ਅਸੀਂ ਆਪਣੀ ਡਿਊਟੀ ਸਮਝੀ ਹੈ। ਅਸੀਂ ਸ਼ਾਮ ਅੱਜ 5:00 ਉਹਨਾਂ ਦੇ ਹੁਕਮਾਂ ਅਨੁਸਾਰ ਬੈਲਾਂ ਵਜਾ ਕੇ, ਤਾੜੀਆਂ ਵਜਾ ਕੇ, ਕੁਝ ਲੋਕਾਂ ਨੇ ਬਰਤਨ ਵਜਾ ਕੇ ਅਤੇ ਇਸ ਬਿਮਾਰੀ ਦੇ ਖਿਲਾਫ ਆਪਣਾ ਜਿਹੜਾ ਪ੍ਰਦਰਸ਼ਨ ਕੀਤਾ। ਅਤੇ ਇੱਕ ਗੱਲ ਮੈਂ ਸਾਰੇ ਵਾਸੀਆਂ ਨੂੰ ਕਹਿਣਾ ਚਾਹੂੰਗਾ ਕਿ ਇਹ ਬਿਮਾਰੀ ਲਾ ਇਲਾਜ ਬਿਮਾਰੀ ਹੈ, ਇਹਦੀ ਕੋਈ ਵੈਕਸੀਨ ਹਜੇ ਤੱਕ ਤਿਆਰ ਨਹੀਂ ਹੋਈ। ਅਤੇ ਸਾਰੇ ਦੇਸ਼ ਵਾਸੀਆਂ ਨੂੰ, ਮੇਰੇ ਭਰਾਵਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਸਰਕਾਰ ਨਾਲ, ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਦੇਣ ਤਾਂ ਕਿ ਇਹ ਬਿਮਾਰੀ ਦਾ ਜਿਹੜੀ ਚੇਨ ਹੈ ਉਹ ਟੁੱਟ ਜਾਏ, ਕਿਉਂਕਿ ਜੇ ਇੱਕ ਵਾਰੀ ਚੇਨ ਟੁੱਟ ਗਈ ਫਿਰ ਇਹ ਅੱਗੇ ਨਹੀਂ ਵਧੇਗੀ। ਇਹ ਜਿੱਦਾਂ ਹੁਣ ਚਾਈਨਾ 'ਚ 3 ਦਿਨ ਤੋਂ ਕੋਈ ਖਬਰ ਨਹੀਂ ਆਈ ਹੋਰ ਵਾਇਰਸ ਫੈਲਣ ਦੀ, ਇਸ ਤਰ੍ਹਾਂ ਅਸੀਂ ਚਾਹਾਂਗੇ ਕਿ ਸਾਡੇ ਦੇਸ਼ ਵਾਸੀ ਤੰਦਰੁਸਤ ਹੋਣ, ਇਹਨੂੰ ਇੱਥੇ ਹੀ ਸਟੋਪ ਕਰ ਦਿੱਤਾ ਜਾਵੇ। ਸਾਨੂੰ ਸਿਰਫ ਸਹਿਯੋਗ ਦੀ ਲੋੜ ਹੈ, ਅਸੀਂ ਵੀ ਸਹਿਯੋਗ ਕਰ ਰਹੇ ਹਾਂ। ਅਸੀਂ ਆਪਣੀ ਕਚਹਿਰੀ ਦੇਖੋ ਬੰਦ ਕਰਕੇ ਬੈਠੇ ਹਾਂ, ਪਰਿਵਾਰ ਕੋਲ ਨਹੀਂ ਗਏ, ਪਟਿਆਲੇ ਅੱਧਾ ਪਰਿਵਾਰ ਹੈਗਾ ਮੇਰਾ ਅਤੇ ਘਰ ਬੈਠੇ ਹਾਂ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ
ਕਿ ਸਹਿਯੋਗ ਕਰਨ। ਧੰਨਵਾਦ ਜੀ। ਹਾਂਜੀ, ਪ੍ਰਧਾਨ ਮੰਤਰੀ ਜੀ ਵੱਲੋਂ ਬਹੁਤ ਹੀ ਸ਼ਲਾਘਾਯੋਗ ਹੈ, ਇਹਦੇ ਨਾਲ ਲੋਕ ਕਾਫੀ ਜਾਗਰਤ ਹੋਏ ਹਨ। ਇਹ ਉਹਨਾਂ ਦੇ ਨਾਲ ਨਾਲ ਆਪਾਂ ਨੂੰ ਵੀ ਸਾਰਿਆਂ ਨੂੰ ਸਹਿਯੋਗ ਕਰਨਾ ਪੈਣਾ ਹੈ, ਜਿੱਦਾਂ ਸਰਕਾਰਾਂ ਕਹਿੰਦੀਆਂ ਹੈ ਉਹਦੇ ਮੁਤਾਬਕ ਚੱਲਣਾ ਪੈਣਾ ਹੈ। ਆਪਾਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਾਂਗੇ, ਘਰ 'ਚ ਰਹਾਂਗੇ, ਤਾਂ ਹੀ ਇਸ ਚੀਜ਼ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ।